ਪੰਜਾਬ ਦੇ ਵਿੱਚ ਜਿੰਨੇ ਵੀ ਨਵੇਂ ਜ਼ਿਲ੍ਹੇ ਵੱਖ-ਵੱਖ ਸਮਿਆਂ ਦੁੱਤੇ ਬਣੇ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਸਭ ਤੋਂ ਘੱਟ ਖਰਚੇ ਦੇ ਨਾਲ ਬਣਨ ਵਾਲਾ ਜ਼ਿਲ੍ਹਾ ਤੁਸੀਂ ਕਿਹਾ ਕਿ ਇੱਕ ਗਲਤੀ ਨੂੰ ਮੌਕਾ ਹੈ ਗਲਤੀ ਨੂੰ ਸੁਧਾਰਨ ਦਾ ਜਿਹੜੀ ਅੰਗਰੇਜ਼ਾਂ ਵੱਲੋਂ ਕੀਤੀ ਗਈ ਗਲਤੀ ਹੈ ਉਹ ਸੁਧਾਰਨ ਦਾ ਫਿਰ ਬੀਜੇਪੀ ਕੋ ਵੀ ਮੌਕਾ ਸੀ ਤੁਸੀਂ ਤੇ ਐਜੀਟੇਸ਼ਨ ਵੀ ਕੀਤਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਕਿਉਂ ਨਾ ਸੁਧਾਰਿਆ ਗਿਆ ਠੀਕ ਹੈ ਉਸ ਵੇਲੇ ਸਮੇਂ ਦੇ ਜਿਹੜੇ ਸਪੀਕਰ ਸਾਨੂੰ ਉਹਨਾਂ ਨੇ ਆ ਕੇ ਸਫਾਸ਼ਤਨ ਦਿੱਤਾ ਸੀਗਾ ਕਿ ਸਰਕਾਰ ਜਿਹੜੀ ਹੈ ਉਹਦੇ ਤੇ ਪੂਰੀ ਤਰ੍ਹਾਂ ਨਾਲ ਵਿਚਾਰ ਕਰੇ ਔਰ ਐਸਾ ਲੱਗਦਾ ਸੀਗਾ ਕਿ ਬਟਾਲੇ ਨੂੰ ਜ਼ਿਲ੍ਹਾ ਜਿਹੜਾ ਉਹ ਬਣਾਉਣ ਦਾ ਫੈਸਲਾ ਪੰਜਾਬ ਸਰਕਾਰ ਕਰ ਸਕਦੀ ਪਰ ਇਬਾਦੇ ਵਿੱਚ ਮੈਂ ਇਹਨੂੰ ਸਹੀ ਸ਼ਬਦਾਂ ਵਿੱਚ ਕਹਾਂ ਤਾਂ ਠੰਡੇ ਬਸਤੇ ਵਿੱਚ ਪੈ ਗਿਆ ਉਹ ਕੰਮ ਉਸ ਵੇਲੇ ਸਿਰੇ ਨਹੀਂ ਚੜ੍ਹ ਪੋ ਗਿਆ ਨਹੀਂ ਇਹ ਦੇਖ ਕਾਂਗਰਸ ਦੇ ਅੰਦਰ ਜਿਹੜਾ ਇੱਕ ਸਹਿਮਾਤਾ ਕੰਦ ਚੱਲਣ ਲਿਆ ਉਹਦੀ ਭੇਟ ਬਟਾਲੇ ਦੀ ਆ ਕੋਸ਼ਨਾ ਜਿਹੜੀ ਉਹ ਮੈਨੂੰ ਚੜਦੀ ਨਜ਼ਰ ਆ ਗਈ। ਪੰਜਾਬ ਦੇ ਜੇ ਮੁੱਦੇ ਦੀ ਗੱਲ ਕਰੀਏ ਬਟਾਲਾ ਜ਼ਿਲ੍ਹਾ ਬਣਾਉਣ ਦੇ ਮੁੱਦੇ ਨੂੰ ਪੰਜਾਬ ਦੇ ਕਾਂਗਰਸ ਦੇ ਵਿੱਚ ਜਿੱਥੇ ਵੱਖ-ਵੱਖ ਲੀਡਰਸ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਮੁੱਦਾ ਉਹਨਾਂ ਵੱਲੋਂ ਉਠਾਇਆ ਗਿਆ ਉੱਥੇ ਹੀ ਬਟਾਲੇ ਦੇ ਲੋਕਾਂ ਦਾ ਜਿਹੜੀ ਇਹ ਮੰਗ ਹੈ ਉਹ ਐਵੇਂ ਲੱਗ ਰਹੀ ਹੈ ਉਹਨਾਂ ਨੂੰ ਕਿ ਇਹ ਵਿਜੇਵੇਂ ਇਹ ਪਿਛਲੀ ਵਾਰ ਵਾਂਗ ਜਿਵੇਂ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ ਵਿੱਡੇ ਜਾਂਦੇ ਰਹੇ ਔਰ ਲਟਕਦੀ ਦਈ ਮੰਗ ਇਸ ਵਾਰ ਵੀ ਐਵੇਂ ਬਟਾਲੇ ਦੇ ਲੋਕਾਂ ਨੂੰ ਲੱਗ ਰਿਹਾ ਕਿ ਇਹ ਮੰਗ ਜੜੀ ਆ ਉਹਨਾਂ ਦੀ ਠੰਡੇ ਬਸਤੇ ਵਿੱਚ ਪੈ ਚੁੱਕੀ ਹੈ ਔਰ ਮੇਰੇ ਨਾਲ ਨੇ ਭਾਜਪੀ ਤੋਂ ਪੰਜਾਬ ਭਾਜਪੀ ਯੂਥ ਵੈਂਗ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਨੇ ਸਾਬਕਾ ਪ੍ਰਧਾਨ ਔਰ ਹੁਣ ਇਸ ਵੇਲੇ ਮੌਜੂਦਾ ਜਿਹੜੇ ਉਹ ਨਵਾਂ ਸ਼ਹਿਰ ਤੋਂ ਇੰਚਾਰਜ ਨੇ ਔਰ ਬਟਾਲੇ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਵੱਖ-ਵੱਖ ਹੌਦਿਆਂ ਦੇ ਭਾਜਪੀ ਦੇ ਔਰ ਉਹਨਾਂ ਵੱਲੋਂ ਵੀ ਸਮੇਂ-ਸਮੇਂ ਨਾਲ ਐਜੀਟੇਸ਼ਨ ਬਟਾਲੇ ਦੀ ਮੰਗ ਨੂੰ ਲੈ ਕੇ বিজেਪੀ ਵੱਲੋਂ ਜਿਹੜੀ ਐਜੀਟੇਸ਼ਨ ਚੱਲਦੀ ਰਹੀ ਉਹਦਾ ਉਹ ਮੁੱਖ ਹਿੱਸਾ ਵੀ ਰਹੇ ਨੇ ਆਪਾਂ ਗੱਲ ਕਰਦੇ ਵਿਵੇਕ ਮੋੜਗਿਲ ਨਾਲ ਵਿਕ ਜੀ ਕਿਵੇਂ ਦੇਖਦੇ ਹੋ ਫਿਲਹਾਲ ਇਸ ਮੁੱਦੇ ਨੂੰ ਲੈ ਕੇ ਜੇ ਬਟਾਲੇ ਦੀ ਮੰਗ ਨੂੰ ਲੈ ਕੇ ਬਟਾਲਾ ਜ਼ਿਲ੍ਹਾ ਬਨਾਓ ਦੇਖੋ ਜੀ ਇਹ ਬੜੀ ਪੁਰਾਣੀ ਮੰਗ ਹੈ ਬਟਾਲੇ ਦੀ ਇਤਿਹਾਸਿਕ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਦੀ ਸਸਰਾਲ ਹੈ ਔਰ ਐਸਾ ਨਹੀਂ ਹੈ ਕਿ ਇਹ ਕੋਈ ਮੰਗ ਜਿਹੜੀ ਹੈ ਹੁਣ ਹੋਣੀ ਸ਼ੁਰੂ ਹੋਈ ਹੈ ਇਹ ਬਹੁਤ ਸਮਾਂ ਪਹਿਲਾਂ ਵੀ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਇਹ ਅੰਗਰੇਜ਼ਾਂ ਨੇ ਇਹਨੂੰ ਬਹੁਤ ਸਮਾਂ ਪਹਿਲਾਂ ਇਹ ਦਰਜਾ ਜਿਹੜਾ ਇਹਦੇ ਤੋਂ ਖੋ ਲਿਆ ਗਿਆ ਇਹ ਤੇ ਇੱਕ ਕਿਸਮ ਦਾ ਜਿਹੜਾ ਇਤਿਹਾਸ ਦੇ ਵਿੱਚ ਗਲਤੀ ਹੋਈ ਹੈ ਉਹਨੂੰ ਠੀਕ ਕਰਨ ਦਾ ਜਿਹੜਾ ਇੱਕ ਆਪਣੇ ਅਵਸਰ ਹੈ ਔਰ ਇਹਨੂੰ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ ਔਰ ਬਟਾਲਾ ਸਾਰੀਆਂ ਜਿਹੜੀਆਂ ਜਿਹੜੇ ਮਾਪਦੰਡ ਨੇ ਇੱਕ ਜ਼ਿਲ੍ਹਾ ਬਣਾਉਂਦੇ ਉਹ ਪੂਰੇ ਕਰ ਦਿੱਤਾ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਜੇ ਇਹਨੂੰ ਤੁਸੀਂ ਫਾਈਨੈਂਸ ਦੀ ਦ੍ਰਿਸ਼ਟੀ ਦੇ ਨਾਲ ਖਰਚੇ ਦੀ ਦ੍ਰਿਸ਼ਟੀ ਦੇ ਨਾਲ ਵੀ ਦੇਖੋ ਤੇ ਮੈਨੂੰ ਐਸਾ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਨਵੇਂ ਜ਼ਿਲ੍ਹੇ ਵਕਫ ਵਕ ਸਮਿਆਂ ਦੇ ਉੱਤੇ ਬਣੇ ਆ ਉਹਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਘੱਟ ਖਰਚੇ ਦੇ ਨਾਲ ਬਣਨ ਵਾਲਾ ਜ਼ਿਲ੍ਹਾ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਜ਼ਿਲ੍ਹਾ ਸਟਾਰ ਦੇ ਦਫਤਰ ਨੇ ਉਹ ਪਹਿਲਾਂ ਹੀ ਇੱਥੇ ਮੌਜੂਦ ਨੇ 인ਫਰਾਸਟ੍ਰਕਚਰ ਜਿਹੜਾ ਉਹ ਪਹਿਲਾਂ ਤੋਂ ਹੀ ਇੱਥੇ ਮੌਜੂਦ ਆ ਪੁਲਿਸ ਡਿਸਟ੍ਰਿਕਟ ਕੇ ਆਲਰੇਡੀ ਹੈ ਡੀਆਈਸੀ ਸੈਂਟਰ ਜਿਹੜਾ ਉਹ ਪੁਰਾਣੇ ਸਮੇਂ ਦੇ ਵਿੱਚ ਜਦੋਂ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਪਠਾਨਕੋਟ ਵੱਖ ਵੀ ਨਹੀਂ ਸੀ ਹੋਇਆ ਉਦੋਂ ਵੀ ਡੀਆਈਸੀ ਸੈਂਟਰ ਜਿਹੜਾ ਡਿਸਟ੍ਰਿਕਟ ਇੰਡਸਟਰੀਅਲ ਸੈਂਟਰ ਜਿਹੜਾ ਉਹ ਬਟਾਲੇ ਵਿੱਚ ਸਥਿਤ ਸੀ ਅੱਜ ਵੀ ਅੱਜ ਵੀ ਜਿਹੜਾ ਪਠਾਨਕੋਟ ਦਾ ਡੀਆਈਸੀ ਸੈਂਟਰ ਉਹ ਬਟਾਲੇ ਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਤੁਸੀਂ ਕਿਹਾ ਕਿ ਇੱਕ ਗਲਤੀ ਨੂੰ ਮੌਕਾ ਹੈ ਗਲਤੀ ਨੂੰ ਸੁਧਾਰਨ ਦਾ ਜਿਹੜੀ ਅੰਗਰੇਜ਼ਾਂ ਵੱਲੋਂ ਕੀਤੀ ਗਈ ਗਲਤੀ ਹੈ ਉਹ ਸੁਧਾਰਨ ਦਾ ਫਿਰ ਇਹ ਬੀਜੇਪੀ ਕੋ ਵੀ ਮੌਕਾ ਸੀ ਤੁਸੀਂ ਤੇ ਐਜੀਟੇਸ਼ਨ ਵੀ ਕੀਤਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਕਿਉਂ ਨਾ ਸੁਧਾਰਿਆ ਗਿਆ ਦੇਖੋ ਅਸੀਂ ਇਹਦੀ ਮੰਗ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੜੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਔਰ ਇਹ ਮੈਂ ਇਹਨੂੰ ਰਾਜਨੀਤੀ ਨਾਲ ਨਾਂ ਜੋੜਦੇ ਹੋਏ ਅਗਰ ਕਹਾਂ ਤੇ ਇਹ ਮੰਗ ਜਿਹੜੀ ਹੈ ਇਹ ਬਟਾਲਾ ਏਰੀਆ ਦੇ ਸਮੂਹ ਨਿਵਾਸੀਆਂ ਦੀ ਹੈ ਕਿ ਬਟਾਲੇ ਨੂੰ ਜ਼ਿਲ੍ਹੇ ਦਾ ਦਰਜਾ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਰਹੇ ਹਾਂ ਇਹਦੀ ਡਿਮਾਂਡ ਇਹਦੇ ਵਾਸਤੇ ਸਮੇਂ-ਸਮੇਂ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੋਗਰਾਮ ਵੀ ਦਿੱਤੇ ਗਏ ਸਰਕਾਰ ਦੇ ਅੱਗੇ ਮੰਗ ਵੀ ਰੱਖੀ ਗਈ ਪਰ ਉਸ ਸਮੇ ਇਹ ਮੰਗ ਜਿਹੜੀ ਹੈ ਬਟਾਲਾ ਨਿਵਾਸੀਆਂ ਦੀ ਜਾਂ ਸਾਡੇ ਲੋਗਾਂ ਦੀ ਉਹ ਪੂਰੀ ਨਹੀਂ ਹੋ ਸਕੀ ਤਾਂ ਮੈਂ ਸਮਝਦਾ ਇੱਕ ਹੁਣ ਦੁਬਾਰਾ ਨਵਾਂ ਅਫਸਰ ਆਇਆ ਹੈ ਇੱਕ ਬੜੀ ਇਸ ਵੇਲੇ ਲੋਕਾਂ ਦੇ ਅੰਦਰ ਚਰਚਾ ਦਾ ਵਿਸ਼ਾ ਹੈ ਕਿ ਸ਼ਾਇਦ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੇ ਵਾਸਤੇ ਮੌਜੂਦਾ ਸਰਕਾਰ ਜਿਹੜੀ ਹੈ ਉਹ ਇਹਦੇ ਉੱਤੇ ਵਿਚਾਰ ਕਰ ਰਹੀ ਹੈ। ਵਿਵੇਕ ਜੀ ਕਿਵੇਂ ਇਦਾਂ ਲੱਗਦਾ ਨਹੀਂ ਕਿ ਜੇ ਇੱਕ ਟਾਈਮ ਸੀ ਜਦੋਂ ਐਜੀਟੇਸ਼ਨ ਕੀਤਾ ਗਿਆ ਜਗਦੀਸ਼ਾ ਸਾਨੀ ਦੀ ਅਗਵਾਈ 'ਚ ਤੁਸੀਂ ਵੀ ਉਦੋਂ ਤੁਸੀਂ ਕੀ ਸੀ ਉਦੋਂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ 'ਚ ਸੀ ਕੀ ਸੀ? ਮੈਂ ਉਸ ਵੇਲੇ ਜ਼ਿਲ੍ਹਾ ਦੇ ਹਾਂ ਬਿਲਕੁਲ ਤੁਸੀਂ ਜ਼ਿਲ੍ਹਾ ਪ੍ਰਧਾਨ ਸੀ ਬਟਾਲੇ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਭਾਜਪਾ ਨੂੰ। ਅ ਇਵੇਂ ਨਹੀਂ ਲੱਗਦਾ ਕਿ ਉਹ ਐਜੀਟੇਸ਼ਨ ਦੇ ਵਿੱਚ ਮੌਕੇ ਤੇ ਜਿਹੜੇ ਉਸ ਵੇਲੇ ਮੌਜੂਦਾ ਸਪੀਕਰ ਸਨ ਨਿਰਮਲ ਸਿੰਘ ਕਾਲੋ ਉਹਨਾਂ ਵੱਲੋਂ ਆਕੇ ਸ਼ਵਾਸਨ ਵੀ ਦਿੱਤਾ ਗਿਆ ਕਿ ਤੁਸੀਂ ਐਜੀਟੇਸ਼ਨ ਨੂੰ ਖਤਮ ਕਰੋ ਏਡੀਸੀ ਮੌਕੇ ਤੇ ਬਿਠਾ ਦਿੱਤਾ ਜਾਏਗਾ ਔਰ ਜਲਾ ਹੀ ਜਲਦੀ ਵਿਚਾਰ ਕੀਤੀ ਜਾਊਗੀ ਲੱਗਦਾ ਨਹੀਂ ਕਿ ਉਦੋਂ ਇਗਨੋਰ ਕੀਤਾ ਗਿਆ ਉਸ ਵੇਲੇ ਤੁਹਾਡੀ ਹੀ ਮੌਜੂਦਾ ਅਕਾਲੀ ਬੀਜੇਪੀ ਦੀ ਸਰਕਾਰ ਵੱਲੋਂ ਦੇਖੋ ਜੀ ਇਹ ਕਿਸੇ ਵੀ ਜਗ੍ਹਾ ਨੂੰ ਜ਼ਿਲ੍ਹਾ ਬਣਾਉਣ ਦਾ ਜਿਹੜਾ ਫੈਸਲਾ ਹੈ ਇਹ ਮੁੱਖ ਮੰਤਰੀ ਦੇ ਸਤਰ ਦੇ ਉੱਪਰ ਲੈ ਜਾਣ ਵਾਲਾ ਫੈਸਲਾ ਹੈ ਠੀਕ ਹੈ ਉਸ ਵੇਲੇ ਉਸ ਸਮੇਂ ਦੇ ਜਿਹੜੇ ਸਪੀਕਰ ਸਨ ਉਹਨਾਂ ਨੇ ਆ ਕੇ ਇਸ ਵਾਸ਼ਣ ਦਿੱਤਾ ਸੀਗਾ ਕਿ ਸਰਕਾਰ ਜਿਹੜੀ ਹੈ ਉਹ ਇਹਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਔਰ ਐਸਾ ਲੱਗਦਾ ਸੀਗਾ ਕਿ ਬਟਾਲੇ ਨੂੰ ਜ਼ਿਲ੍ਹਾ ਜਿਹੜਾ ਉਹ ਬਣਾਉਣ ਦਾ ਫੈਸਲਾ ਪੰਜਾਬ ਸਰਕਾਰ ਕਰ ਸਕਦੀ ਹੈ ਪਰ ਇਬਾਦੇ ਵਿੱਚ ਮੈਂ ਇਹਨੂੰ ਸਹੀ ਸ਼ਬਦਾਂ ਵਿੱਚ ਕਹਾਂ ਤਾਂ ਠੰਡੇ ਬਸਤੇ ਵਿੱਚ ਪੈ ਗਿਆ ਉਹ ਕੰਮ ਉਸ ਵੇਲੇ ਸਿਰੇ ਨਹੀਂ ਚੜ ਸਕਿਆ ਕਾਲੀ ਦਲ ਵਾਲੋ ਠੰਡੇ ਬਸਤੇ ਚ ਬਾਤ ਦਾ ਆ ਇਸ ਤਰ੍ਹਾਂ ਕਰ ਲਓ ਤੁਸੀਂ ਉਹ ਉਸ ਸਮੇਂ ਦੀ ਸਰਕਾਰ ਵੱਲੋਂ ਇਹਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਕਿਉਂਕਿ ਤੁਸੀਂ ਇਹ ਗੱਲ ਕਹੀ ਕਿ ਮੁੱਖ ਮੰਤਰੀ ਹਿੱਦਾ ਫੈਸਲਾ ਉਹ ਤੇ ਨੋ ਡਾਊਟ ਹੈ ਕਿ ਜ਼ਿਲ੍ਹੇ ਦਾ ਫੈਸਲਾ ਮੁੱਖ ਮੰਤਰੀ ਲੈ ਸਕਦਾ ਹੁਣ ਵੀ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਹੈ ਕਿ ਉਹ ਗੰਭੀਰਤਾ ਨਾਲ ਵਿਚਾਰ ਕਰੇ ਹੁਣ ਜੇ ਅੱਜ ਦੀ ਸਿਚੁਏਸ਼ਨ ਦੇਖੀਏ ਤੇ ਕਿਵੇਂ ਦੇਖਦੇ ਹੋ ਇਹ ਕਾਂਗਰਸ ਵੱਲੋਂ ਦੋ ਮੰਤਰੀਆਂ ਵੱਲੋਂ ਚਿੱਠੀ ਲਿਖਣਾ ਮੌਜੂਦਾ ਰਾਜ ਸਭਾ ਮੈਂਬਰ ਵੱਲੋਂ ਇਹ ਗੱਲ ਕਹਿਣਾ ਮੁੱਖ ਮੰਤਰੀ ਵੱਲੋਂ ਖੋਦ ਦੇ ਕਹਿਣਾ ਕਿ ਰਾਜ ਸਭਾ ਮੈਂਬਰ ਨੇ ਇਸ ਇਸ ਏਰੀਆ ਤੋਂ ਰਿਪਰੈਜ਼ੈਂਟ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਉਠਾਈ ਹੈ ਔਰ ਉਹ ਵਿਚਾਰ ਕਰ ਰਹੇ ਨੇ ਲੇਕਿਨ ਬੜੀ ਉਮੀਦਾਂ ਸੀ ਗੁਰਨਾਨ ਸਿੰਘ ਸਾਹਿਬ ਦੇ ਵਿਆਹਪੁਰਬ ਨੂੰ ਲੈ ਕੇ ਜਿਹੜੇ ਉਮੀਦ ਸੀ ਬਟਾਲੇ ਦੇ ਲੋਕਾਂ ਨੂੰ ਕਿ ਇਹ ਹੋਊਗਾ ਲੇਕਿਨ ਨਹੀਂ ਹੋਇਆ ਐਲਾਨ ਦੇਖੋ ਜੀ ਮੈਂ ਸਮਝਦਾ ਇਹ ਤੇ ਕਾਂਗਰਸ ਦੇ ਅੰਦਰ ਜਿਹੜਾ ਇੱਕ ਸ਼ਹਿ ਮਾਦਾ ਖੇਲ ਚੱਲਣ ਰਿਹਾ ਉਹਦੀ ਭੇਂਟ ਬਟਾਲੇ ਦੀ ਆ ਕੋਸ਼ਨਾ ਜਿਹੜੀ ਆ ਮੈਨੂੰ ਚੜ੍ਹਦੀ ਨਜ਼ਰ ਆ ਰਹੀ ਏ ਚੰਗਾ ਇਹ ਹੁੰਦਾ ਕਿ ਸਰਕਾਰ ਨੇ ਅਗਰ ਇਹਨੂੰ ਜ਼ਿਲ੍ਹਾ ਘੋਸ਼ਿਤ ਕਰਨਾ ਤਾਂ ਇੰਨਾ ਵੱਡਾ ਪਰਵ ਜਿਹੜਾ ਹੈ ਇਹ ਕੁਝ ਦਿਨ ਪਹਿਲਾਂ ਹੋ ਕੇ ਗਿਆ ਬਾਬਾ ਜੀ ਦਾ ਵਿਆਹ ਪਰਵ ਬਟਾਲੇ ਵਿੱਚ ਬੜੀ ਸ਼ਰਧਾ ਤੁਮਤਮ ਨਾਲ ਮਨਾਇਆ ਗਿਆ ਬੜਾ ਵਧੀਆ ਸਮਾਂ ਸੀ ਅਗਰ ਸਰਕਾਰ ਚਾਹਦੀ ਤੇ ਉਸ ਮੌਕੇ ਦੇ ਉੱਤੇ ਇਹਨੂੰ ਬਟਾਲੇ ਨੂੰ ਜ਼ਿਲ੍ਹਾ ਘੋਸ਼ਿਤ ਕਰਕੇ ਇੱਕ ਇਤਿਹਾਸਕ ਦੰਦੇ ਉੱਪਰ ਬਟਾਲੇ ਨਿਵਾਸੀਆਂ ਦੇ ਵਾਸਤੇ ਇੱਕ ਵਧੀਆ ਤੋਹਫਾ ਜਿਹੜਾ ਉਹ ਪੇਂਟ ਕਰ ਸਕਦੀ ਸੀ ਪਰ ਮੈਨੂੰ ਐਸਾ ਲੱਗਦਾ ਕਿ ਕਾਂਗਰਸ ਦੀ ਜਿਹੜੀ ਅੰਦਰੂਨੀ ਲੜਾਈ ਹੈ ਉਹ ਕਿਤੇ ਨਾ ਕਿਤੇ ਗੋਟੀਆਂ ਉੱਪਰ-ਨੀਚੇ ਕਰਨ ਦੇ ਕਾਰਨ ਸੱਜੇ ਖੱਬੇ ਕਰਨ ਦੇ ਕਾਰਨ ਇਹਦੇ ਵਿੱਚ ਵੀ ਇਹ ਘੋਸ਼ਣਾ ਜਿਹੜੀ ਆ ਉਹ ਰੁਕੀ ਪਈ ਹੈ ਤੇ ਮੈਂ ਚਾਹਾਂਗਾ ਡਿਮਾਂਡ ਵੀ ਕਰਾਂਗਾ ਮੈਂ ਮੰਗ ਕਰਦਾ ਕਿ ਬਟਾਲੇ ਨੂੰ ਸਰਕਾਰ ਜਿਹੜੀ ਆ ਰਾਜਨੀਤਿਕ ਕਾਰਨਾਂ ਨੂੰ ਪਰੇ ਕਰਕੇ ਰਾਜਨੀਤਿਕ ਹਿੱਤਾਂ ਤੋਂ ਉੱਪਰ ਉੱਠ ਕੇ ਇਹਦੀ ਜਿਹੜੀ ਬਟਾਲਾ ਨਿਵਾਸੀਆਂ ਦੀ ਬਟਾਲੇ ਦੇ ਏਰੀਆ ਦੇ ਲੋਕਾਂ ਦੀ ਜਿਹੜੀ ਇਹ ਮੰਗ ਹੈ ਬੜੀ ਪੁਰਾਣੀ ਮੰਗ ਹੈ ਉਹਨੂੰ ਪੂਰਾ ਕਰੇ ਔਰ ਜਿਹੜਾ ਬਟਾਲੇ ਦਾ ਬੰਦਾ ਹੱਕ ਹੈ ਉਹ ਜ਼ਿਲ੍ਹਾ ਬਣਾ ਕੇ ਉਹਨੂੰ ਦਿੱਤਾ ਜਾਣਾ ਚਾਹੀਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਜਿਹੜੀ ਹੈ ਉਹ ਲੋਕਾਂ ਦੀ ਲਗਾਤਾਰ ਰਹੀ ਹੈ ਚਾਹੇ ਉਹ ਵਕੀਲਾਂ ਦੇ ਵਰਗ ਦੀ ਗੱਲ ਕਰੀਏ ਨੌਜਵਾਨਾਂ ਦੇ ਵਰਗ ਦੀ ਗੱਲ ਕਰੀਏ ਚਾਹੇ ਇੰਡਸਟਰੀਸ ਦੀ ਗੱਲ ਕਰੀਏ ਕਿਉਂਕਿ ਬਟਾਲਾ ਇੱਕ ਇੰਡਸਟਰੀ ਟਾਊਨ ਟਾਊਨ ਹੈ ਔਰ ਉਹਦੇ ਚੱਲਦੇ ਆ ਬਟਾਲੇ ਦੇ ਲੋਕਾਂ ਨੂੰ ਬੜੇ ਦੇਰ ਤੋਂ ਇਹ ਉਮੀਦ ਸੀ ਕਿ ਸਰਕਾਰਾਂ ਆ ਸਮੇਂ-ਸਮੇਂ ਦੀਆਂ ਸਰਕਾਰਾਂ ਚਾਹੇ ਆਂਦੀਆਂ ਨੇ ਚਾਹੇ ਉਹ ਕਾਲੀ ਭਾਜਪਾਸੀ ਜਾਂ ਚਾਹੇ ਕਾਂਗਰਸ ਤਾਂ ਉਹ ਉਮੀਦਾਂ ਸੀ ਔਰ ਇਸ ਵਾਰ ਜਿਹੜੀਆਂ ਅਰਦਾਸਾਂ ਵੀ ਹੋਈਆਂ ਔਰ ਅਰਦਾਸਾਂ ਦਾ ਸਿਲਸਿਲਾ ਵੀ ਚੱਲਿਆ ਐਜੀਟੇਸ਼ਨ ਦਾ ਸਿਲਸਿਲਾ ਵੀ ਚੱਲਿਆ ਔਰ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਜਿਹੜਾ ਇੱਕ ਆਸ਼ਵਾਸਨ ਮਿਲਣਾ ਕੁਝ ਦਿਨ ਪਹਿਲਾਂ ਗੁਰਨਾਨਕ ਦੇਵ ਜੀ ਦੇ ਵਿਆਹ ਪਰਉਪ ਤੋਂ ਪਹਿਲਾਂ ਤੇ ਬਟਾਲੇ ਦੇ ਲੋਕਾਂ ਨੂੰ ਇੱਕ ਉਮੀਦ ਵੱਜ ਚੁੱਕੀ ਸੀ ਲੇਕਿਨ ਹਜੇ ਵੀ ਉਹ ਜਿਹੜੀ ਹੈ ਉਮੀਦ ਉਹ ਉੱਥੇ ਦੀ ਉੱਥੇ ਖੜੀ ਹੈ ਔਰ ਲੋਕਾਂ ਨੂੰ ਉਡੀਕ ਹੈ ਕਿ ਬਟਾਲੇ ਨੂੰ ਜ਼ਿਲ੍ਹਾ ਕਦ ਅਨਾਉਂਸ ਕਰੂਗੀ ਪੰਜਾਬ ਸਰਕਾਰ ਔਰ ਮੇਰੇ ਨਾਲ ਸਨ ਬੀਜੇਪੀ ਤੋਂ ਜਿਹੜੇ ਨੇਤਾ ਉਹਨਾਂ ਨੇ ਵੀ ਇਹੀ ਕਹਿਣਾ ਕਿ ਜਿਹੜਾ ਇਹ ਸੰਘਰਸ਼ ਉਹਨਾਂ ਵੱਲੋਂ ਬੀਜੇਪੀ ਵੱਲੋਂ ਵੀ ਕੀਤਾ ਜਾਂਦਾ ਰਿਹਾ ਔਰ ਅੱਜ ਵੀ ਉਹ ਇਸ ਮੰਗ ਦੇ ਲਈ ਖੜੇ ਨੇ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਫੈਕਟ ਨਿਊਜ਼ ਲਈ ਬਟਾਲਾ ਤੋਂ